Oh, yeah.
called you there. Guru Mukha
जो प्रेम बंदे
ਕਾਇਆ ਸਰੀਰ ਕੋਈ ਸਧਾਰਨ ਚੀਜ਼ ਨਹੀਂ, ਇਹ ਗੱਲ ਵੱਖਰੀ ਹੈ ਕਿ ਇਸ ਕਾਇਆ ਨੂੰ ਬਣਾਉਣ ਵਾਲੇ ਨੇ ਮੇਰੇ ਤੁਹਾਡੇ ਕੋਲੋਂ ਕੋਈ ਰਾਏ ਨਹੀਂ ਲਈ, ਮਰਜ਼ੀ ਦਾ ਮਾਲਕ ਉਹ ਆਪ ਹੀ ਇੰਜੀਨੀਅਰ ਹੈ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਵਿੱਚ ਸੰਭਾਲ ਸਾਈ ਕਾਰ ਕਮਾਵਣੀ ਤੁਰ ਛੋਟੀ ਤਿੰਨ ਪਾਰ ਨਾਨਕ ਇੱਕ ਹੀ ਪਾਰ ਹੋਰ ਦੂਜੀ ਨਹੀਂ ਜਾਏ। ਮਾਲਕ ਪਰ ਇੱਕ ਖਿਆਲ ਕਰਿਓ, ਕਾਇਆ ਉਹਨੇ ਬਣਾ ਕੇ ਦੇ ਦਿੱਤੀ ਸਾਨੂੰ ਬਿਨਾਂ ਮੁੱਲ ਤੋਂ, ਅੱਜ ਤੱਕ ਕਾਇਆ ਨੂੰ ਹੀ ਨਹੀਂ ਸਮਝ ਸਕੇ। ਕਾਇਆ ਵਿਭੂਤੀ ਬਹੁ ਵਿਦਭਾਤੀ, ਅਸੀਂ ਕਾਇਆ ਨੂੰ ਬੜੇ ਢੰਗਾਂ ਨਾਲ ਬਰਬਾਦ ਕਰ ਲਿਆ। ਵਿਭੂਤੀ ਭਾਵ ਬਰਬਾਦ ਕੀਤਾ, ਲਿਮਟ ਸੀ। ਜਦੋਂ ਇਹ ਕਾਇਆ ਦਾ ਸਮਾਂ ਸਾਡੇ ਹੱਥੋਂ ਨਿਕਲ ਗਿਆ, ਉਹ ਜਾ ਰਹੇ ਤੋਂ ਗੱਡ ਲਿਮਟ ਦੀ ਕਿਸੇ ਨੇ ਇਸਨੂੰ ਜਲਾ ਦਿੱਤਾ, ਕਿਸੇ ਨੇ ਮਿੱਟੀ ਵਿੱਚ ਗੱਡ ਦਿੱਤਾ ਭਾਵ ਕਬਰ ਬਣਾ ਦਿੱਤੀ। ਪਰ ਇਹ ਸਭ ਕੁਝ ਇੱਕ ਦਿਨ ਦੋ ਦਿਨ ਇੱਕ ਵਰਾ ਦੋ ਵਰੇ ਦਾ ਨਹੀਂ, ਸਦੀਆਂ ਤੋਂ ਇਉਂ ਹੀ ਯੁਗਾਂ ਤੋਂ ਇਉਂ ਹੀ ਚੱਲ ਰਿਹਾ। ਹਮੇਸ਼ਾ ਇਉਂ ਹੀ ਹੁੰਦਾ ਆਇਆ ਹੈ। ਕਾਇਆ ਮਿਲਦੀ ਰਹੀ, ਬਰਬਾਦ ਹੁੰਦੀ ਰਹੀ, ਜਾਂਦੀ ਰਹੀ, ਜਿਹਦੇ ਕੋਲੋਂ ਚਲੀ ਗਈ ਉਹਨੇ ਕੋ ਜਾ ਰਹੇ ਕੋ ਗੱਡ ਲਏ ਮਾਟੀ ਦੇ ਆਪਣੇ ਇਰਾਦੇ ਫੈਸਲੇ ਮੁਤਾਬਕ ਇਸ ਨੂੰ ਬਿਲਡਾ ਦਿੱਤਾ। ਗੁਰੂ ਨੇ ਜਿਹੜੀ ਚੀਜ਼ ਰੱਬ ਦੀ ਬਣਾਈ ਹੋਈ ਹੈ ਉਹਨੂੰ ਇਹਨਾਂ ਵਿਅਰਥ ਤੇ ਸਧਾਰਨ ਤੇ ਨਹੀਂ ਨਾ ਸਮਝਿਆ ਜਾ ਸਕਦਾ, ਕਿਉਂਕਿ ਸਿਰਜਣਾ ਵਿੱਚੋਂ ਸਿਰਜਣਹਾਰ ਦਾ ਅੰਦਾਜ਼ਾ ਲੱਗਦਾ ਹੈ। ਕੋਈ ਕਿਰਤ ਨੂੰ ਵੇਖ ਕੇ ਅੰਦਾਜ਼ਾ ਲਗਾ ਸਕਦਾ ਹੈ ਕਰਤਾ ਕਿੰਨਾ ਮਹਾਨ ਹੋਵੇਗਾ। ਹੁਣ ਜੇ ਇਹ ਕਰਤੇ ਦੀ ਕਿਰਤ ਹੈ, ਇਹਦਾ ਬਣਾਉਣ ਵਾਲਾ ਸਿਰਜਣਹਾਰ ਮਾਲਕ ਹੈ, ਪ੍ਰਭੂ ਹੈ, ਤਾਂ ਉਸ ਕਰਤੇ ਦੀ ਕਿਰਤ ਇੰਨੀ ਨਿਗੂਣੀ ਤੇ ਸਧਾਰਨ ਤੇ ਨਹੀਂ ਨਾ ਹੋ ਸਕਦੀ ਵੀ ਚਲੋ ਭੋਗ ਲਈ ਚਲੀ ਗਈ, ਜਲਾ ਦਿੱਤਾ, ਮਿੱਟੀ ਵਿੱਚ ਦਫਨਾ ਦਿੱਤਾ, ਬਸ ਗੱਲ ਕਹਾਣੀ ਖਤਮ ਹੋ ਗਈ ਤੇ ਸਦੀਆਂ ਤਾਂ ਹੋ ਰਹੀ ਹੈ। ਗੁਰੂ ਕਹਿੰਦੇ ਨੇ
ਦੀ ਕਿਰਤ ਹੈ, ਉਹ ਮਾਨ ਹੈ, ਉਹਦੀ ਕਿਰਤ ਵੀ ਕੋਈ ਸਧਾਰਨ ਨਹੀਂ। ਮੈਨੂੰ ਕਿਰਤ ਦੀ ਸਮਝ ਨਾ ਆਵੇ, ਇਹ ਇੱਕ ਮੇਰੀ ਬਦਕਿਸਮਤੀ ਜਾਂ ਮੇਰੀ ਕਮਜ਼ੋਰੀ। ਇੱਕ ਪਾਸੇ ਅਸੀਂ ਇਹ ਬੈਠ ਪੜ ਰਹੇ ਹਾਂ, ਗੁਰ ਸੇਵਾ ਤੇ ਭਗਤ ਗਵਾਈ, ਤਬ ਇਹ ਮਨ ਸਿਧੇਈ ਪਰ। ਇਹ ਵੀ ਪੜ੍ਹਨੇ ਇਸ ਦੇਹੀ ਕੋ ਸਿਮਰੈ ਦੇ ਸੋ ਦੇਹੀ ਭਜ ਹਰ ਕੀ ਸੇ। ਅਸੀਂ ਕਹਿੰਦੇ ਬੜੀ ਕੀਮਤੀ, ਤਰਸ ਰਹਿਣੇ ਦੇਵਤੇ ਇਸ ਦੇਹੀ ਨੂੰ। ਤੇ ਜੇ ਇਹ ਦੇਹੀ ਇੰਨੀ ਮਹਾਨ ਹੈ, ਸਮਝੀਏ ਹੀ ਨਾ, ਮਿਲ ਗਈ ਹੈ ਕਿਉਂਕਿ ਮੁਫਤ ਮਿਲ ਗਈ ਹੈ, ਭੋਗ ਲਈਏ, ਠੀਕ ਹੈ। ਜਦੋਂ 50-60-70 ਸਾਲ ਬਾਅਦ ਸਾਡੇ ਕੋਲ ਇਹ ਦੇਹੀ ਲੈ ਲਈ ਜਾਵੇਗੀ, ਜਲਾ ਦਿਆਂਗੇ, ਦਫਨਾ ਦਿਆਂਗੇ, ਬਸ ਲਓ। ਰਾਤ ਬਾਬਾ ਕਬੀਰ ਜੀ ਦਾ ਸ਼ਬਦ ਇੱਕ ਆਰੰਭ ਹੋਇਆ ਸੀ, ਆਪਸੀ ਸਾਡਾ ਵਿਚਾਰ ਹੋਇਆ ਸੀ ਤੇ ਕੁਦਰਤੀ ਅੱਜ ਦੇ ਸ਼ਬਦ ਦੀ ਕਹਾਣੀ ਉਸੇ ਦੀ ਇੱਕ ਕੜੀ ਜੁੜ ਗਈ। ਉਹਦੇ ਵਿੱਚ ਸੀ ਗੱਲ ਮਨ ਦੀ ਕਿ ਰੱਬ ਕਿੱਥੇ ਰਹਿੰਦਾ, ਪ੍ਰਭੂ ਕਿੱਥੇ ਰਹਿੰਦਾ, ਉਹ ਵੀ ਨਹੀਂ ਦਿਸਦਾ, ਉਹ ਵੀ ਸਾਡੀ ਪਹੁੰਚ ਤੋਂ ਬਾਹਰ ਹੈ, ਅਗਮ ਅਗੋਚਰ ਹੈ। ਤੇ ਜਿਹੜਾ ਅਗਮ ਅਗੋਚਰ ਹੈ ਉਹਦਾ ਟਿਕਾਣਾ ਵੀ ਅਗਮ ਅਗੋਚਰ ਹੀ ਹੋਣਾ ਚਾਹੀਦਾ, ਟਿਕਾਣਾ ਵੀ ਤਾਂ ਅਗਮ ਅਗੋਚਰ ਹੀ ਹੋਣਾ ਚਾਹੀਦਾ। ਉਹਨੇ ਇਸ ਲਈ ਆਪਣਾ ਟਿਕਾਣਾ ਮਨ ਬਣਾ ਲਿਆ ਤੇ ਮਨ ਵੀ ਅਗਮ ਅਗੋਚਰ ਹੈ, ਮਨ ਵੀ ਸਾਨੂੰ ਦਿਸਦਾ ਨੇ। ਰਾਤ ਇਹ ਮੈਂ ਚਾਹੁੰਦਾ ਸਾਂ, ਫਿਰ ਜੇ ਮੇਲ ਖਾਂਦੀ ਹੈ ਤਾਂ ਜੋੜ ਦੇ, ਤਨ ਸਾਨੂੰ ਦਿਸਦਾ, ਮਨ ਸਾਨੂੰ ਦਿਸਦਾ ਨਹੀਂ, ਮਨ ਤੱਕ ਸਾਡੀ ਪਹੁੰਚ ਵੀ ਕੋਈ ਨਹੀਂ। ਮਨ ਨੂੰ ਅਸੀਂ ਬਦਲਣਾ ਚਾਹੀਏ, ਇਹ ਸਾਡੇ ਹੱਥ ਵੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੇ ਵੀ ਬਾਰ ਬਾਰ ਕਹਿ ਦਿੱਤਾ, ਮਾਈ ਮਨ ਮੇਰੋ ਵਸ ਨਾ ਹੈ, ਮੇਰਾ ਇਹਦੇ ਤੇ ਵਸ ਨਹੀਂ ਚੱਲ ਰਿਹਾ। ਕਹਿਣ ਲੱਗੇ ਰੱਬ ਅਗਮ ਅਗੋਚਰ ਹੈ, ਉਹਦੇ ਤੇ ਕਿਸੇ ਦਾ ਵਸ ਨਹੀਂ ਚੱਲਦਾ, ਉਹਦੇ ਤੱਕ ਪਹੁੰਚ ਵੀ ਔਖੀ ਹੈ, ਇਸੇ ਤਰ੍ਹਾਂ ਉਹਦਾ ਟਿਕਾਣਾ ਵੀ ਅਗਮ ਅਗੋਚਰ ਹੈ। ਇੱਥੇ ਲਫ਼ਜ਼ ਉਹਨੂੰ ਅਗਮ ਗੋਚਰ ਆਖਿਆ ਨੇ, ਇੱਥੇ ਰਾਤ ਦੇ ਸ਼ਬਦ ਮੁਤਾਬਕ ਬਾਬਾ ਕਬੀਰ ਕਹਿ ਰਹੇ ਨੇ ਅਗਮ ਦ੍ਰਗਮ ਗੜ ਰਚਿਓ ਬਾਸ। ਬਾਸ ਦਾ ਮਤਲਬ ਟਿਕਾਣਾ, ਵਸਣ ਦੀ ਥਾਂ।
ਰੱਬ ਨੇ ਆਪਣਾ ਟਿਕਾਣਾ ਜਿਹੜਾ ਮਨ ਬਣਾਇਆ ਉਹ ਵੀ ਅਗਮ ਦਰਗਮ ਕਰ ਦਿੱਤਾ, ਜਿਹੜਾ ਪਹੁੰਚ ਤੋਂ ਪਰਾਂ ਤੇ ਜਿੱਥੇ ਪਹੁੰਚ ਬੜੀ ਔਖੀ। ਇਸੇ ਲਈ ਕਹਿ ਦਿੱਤਾ ਇਸ ਮਨ ਕੋ ਕੋਈ ਖੋਜੋ ਭਾਈ, ਤਣ ਛੂਟੇ ਮਨ ਕਹਾਂ ਸਮਾਈ, ਰਾਤ ਦੇ ਸ਼ਾਸਨ। ਚਲੋ ਮੈਂ ਜ਼ਿਆਦਾ ਵਿਸਥਾਰ ਵਿੱਚ ਨਹੀਂ, ਉਹਦਾ ਟਿਕਾਣਾ ਮਨ ਹੈ। ਇਸੇ ਲਈ ਬਾਰ ਬਾਰ ਮਸਲਾ ਵੀ ਇਹ ਆਇਆ ਕਿ ਮਨ ਨੂੰ ਸਮਝਾਓ। ਧਰਮ ਜਿੰਨਾ ਹੈ, ਧਰਮ ਖੇਤਰ ਜਿੰਨਾ ਉਹ ਮਨ ਨੂੰ ਸਮਝਾਉਣ ਕਾਰਨ ਹੈ, ਮਨ ਸਮਝਾਉਣ ਕਾਰਨ ਹੈ। ਕਛੂਆ ਕੇ ਪੜੀਏ ਗਿਆਨ, ਸਾਰਾ ਦੌਰ ਲੱਗਾ ਹੋਇਆ ਸੀ। ਹੁਣ ਸਵਾਲ ਆਇਆ ਕੋਈ ਵੀ ਜਿਹੜਾ ਅਗਮ ਦਰਗਮ ਹੈ, ਪਹੁੰਚ ਤੋਂ ਰਹਿਤ ਹੈ, ਉਹ ਕਿੱਥੇ ਹੈ? ਰੱਬ ਦਾ ਵੀ ਜੇ ਉਹ ਅਗਮ ਅਗੋਚਰ ਹੈ ਤੇ ਸਵਾਲ ਖੜਾ ਹੋਏਗਾ ਕਿੱਥੇ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਵੀ ਬਾਰ ਬਾਰ ਸਵਾਲ ਇਹ ਖੜਾ ਹੋਇਆ ਕਿ ਰੱਬ ਕਿੱਥੇ? ਦੇਵਤਿਆਂ ਦਰਸ਼ਨ ਕੇ ਤਾਈ ਦੁੱਖ ਭੁੱਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਭਗਵੇ ਭੇਖ ਪੈ, ਤੋ ਕਾਰਨ ਸਾਹਿਬਾ ਰੰਗ ਰਤ, ਤੈਨੂੰ ਭਾਲਦੇ ਹੀ ਭਾਲਦੇ ਰਹਿ, ਕਿੱਥੇ? ਅਸੀਂ ਆਪਾਂ ਸਾਰੇ ਲੋਕ ਗੱਲ ਤੇ ਰੱਬ ਦੀ ਕਰਦੇ ਹਾਂ, ਪਰ ਜੇ ਸਾਡੇ ਵਿੱਚੋਂ ਵੀ ਅਸੀਂ ਇੱਕ ਦੂਜੇ ਤੇ ਸਵਾਲ ਕਰੀਏ ਰੱਬ ਕਿੱਥੇ ਹੈ, ਤੇ ਸਾਡੇ ਕੋਲ ਕੋਈ ਜਵਾਬ ਹੈ? ਹੁਣ ਕਿਹੜੀ ਅਜੀਬ ਗੱਲ ਹੈ, ਜਦੋਂ ਰੱਬ ਕਿੱਥੇ ਹੈ ਦਾ ਸਵਾਲ ਖੜਾ ਹੋਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਇੱਕ ਬੜਾ ਖੂਬਸੂਰਤ ਜਵਾਬ ਦਿੱਤਾ ਹੈ, ਹੁਣ ਇਹ ਵੀ ਆਖ ਦਿੱਤਾ ਨੇ ਕਿ ਉਹ ਅਗਮ ਅਗੋਚਰ ਹੈ ਤੇ ਉਹਦਾ ਘਰ ਜਿਹੜਾ ਹੈ ਉਹ ਅਗਮ ਦਰਗਮ ਹੈ, ਪਹੁੰਚ ਤੋਂ ਤੇ ਦ੍ਰਿਸ਼ਟ ਮਾਨਤਾ ਤੋਂ ਪਰੇ। ਪਰ ਉਹ ਜਿਹੜਾ ਅਦ੍ਰਿਸ਼ਟ ਹੈ ਉਹਦੇ ਲਈ ਟਿਕਾਣਾ ਫਿਰ ਕੋਈ ਨੀ, ਜਿਹੜੀ ਚੀਜ਼ ਬਿਲਕੁਲ ਹਮੇਸ਼ਾ ਲਈ ਅਸੀਂ ਕਹਿ ਦਈਏ ਕਦੀ ਤੂੰ ਦੇਖ ਹੀ ਨਹੀਂ ਸਕਦਾ, ਕੋਈ ਟਿਕਾਣਾ ਕੋਈ ਨਹੀਂ, ਫਿਰ ਆਖਰ ਨੂੰ ਅਸੀਂ ਨਸਦੇ ਭੁੱਲ ਜਾਵਾਂਗੇ। ਇਹੋ ਕਾਰਨ ਹੈ ਕੁਛ ਲੋਕ ਕਹਿੰਦੇ ਨੇ ਜੇ ਹੈ ਹੀ ਨਹੀਂ ਤੇ ਰੱਬ ਐਵੇਂ ਕਿਹਾ ਪਈ ਹੈ, ਜੇ ਹੁੰਦਾ ਤੇ ਦੱਸਦਾ। ਹੁਣ ਗੁਰੂ ਨੇ, ਮੈਂ ਇਸ ਲਈ ਹੈਰਾਨ ਹੁੰਦਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਕਿਉਂ ਨਹੀਂ ਹੁੰਦੇ, ਸਾਡਾ ਦੁਖਾਂ ਤੇ ਹੋਏ, ਮੇਰਾ ਸਾਡਾ ਤੋਂ ਭਾਵ ਮਨੁੱਖਤਾ ਦਾ ਦੁਖਾਂ ਤੇ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜਾ ਇੰਨਾ ਵੱਡਾ ਖਜ਼ਾਨਾ ਹੈ, ਇੰਨੀ ਵੱਡੀ ਜੀਵਨ ਦੀ ਫਿਲੋਸਫੀ ਹੈ। ਬਾਬਾ ਕਬੀਰ ਨੇ ਐਵੇਂ ਨਹੀਂ ਆਖਿਆ ਤੇ ਲੋਕ ਜਾਣੇ ਇਹ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ। ਜੇ ਕਿਸੇ ਨੇ ਬ੍ਰਹਮ ਨੂੰ ਵਿਚਾਰਨਾ ਹੋਵੇ, ਰੱਬ ਨੂੰ ਪਾਉਣਾ ਹੋਵੇ, ਸਮਝਣਾ ਹੋਵੇ ਤਾਂ ਇੱਕੋ ਇੱਕ ਹੈ ਸ਼ਬਦ, ਉਹਦੇ ਨੇੜੇ ਅਸੀਂ ਜਾ ਨਹੀਂ ਗਏ। ਕੈਸੀ ਇੱਕ ਬੁਝਾਰਤ ਬੁੱਝੀ ਨੇ, ਇੱਕ ਪਾਸੇ ਕਹਿੰਦੇ ਨੇ ਉਹ ਅਗਮ ਅਗੋਚਰ, ਫਿਰ ਕਹਿੰਦੇ ਨੇ ਉਹਦਾ ਟਿਕਾਣਾ ਅਗਮ ਦਰਗਮ, ਕੀ ਵਾਸਤਕ ਹੋ ਜਾਈਏ? ਸਾਡੀ ਤਾਂ ਪਹੁੰਚ ਹੀ ਕੋਈ ਨੀ, ਉਹਨੇ ਤਾਂ ਦੱਸਣਾ ਹੀ ਕੋਈ ਨੀ। ਹੁਣ ਗੁਰੂ ਨੇ ਇੱਕ ਰਹਿਮਤ ਕੀਤੀ, ਕਹਿਣ ਲੱਗੇ ਉਹ ਅਗਮ ਦਰਗਮ ਉਹ ਅਦ੍ਰਿਸ਼ਟ ਦ੍ਰਿਸ਼ਟ ਦੇ ਵਿੱਚ ਰਹਿੰਦਾ। ਇਸੇ ਲਈ ਕਹਿ ਦਿੱਤਾ ਇਹ ਜੱਗ, ਇਹ ਤਾਂ ਅਗਮ ਦੁਰਗਮ ਨਹੀਂ ਨਾ, ਗੁਰਬਾਣੀ ਨੂੰ ਸਮਝੀਏ। ਇਹ ਜੱਗ
ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਦੁਸ਼ਮਣ ਹੋ ਗਿਆ ਅਗਮ ਰਕਮ ਨਾ ਰਿਹਾ ਅਗਮ ਗੋਚਰ ਨਾ ਰਿਹਾ ਜਗ ਤੇ ਦਿਸਦਾ ਸੰਸਾਰ ਤਾਂ ਦਿਸਦਾ ਪਰ ਇਹਦੀ ਕੜੀ ਕਿਵੇਂ ਜੋੜੀ ਨੇ। ਰਾਤ ਵੀ ਇੱਕ ਲਫ਼ਜ਼ ਆਇਆ ਸਾਨੂੰ ਵੀ ਇਹਨੂੰ ਦ੍ਰਿਸ਼ਟ ਮਨ ਤੋਂ ਅਦ੍ਰਿਸ਼ਟ ਤੱਕ ਮਨੁੱਖ ਨੂੰ ਸਿੱਖ ਦੀ ਫਿਲਾਸਫੀ ਨੂੰ ਮਤ ਨੂੰ ਕਿਵੇਂ ਪਹੁੰਚਾਉਣਾ। ਰਾਤ ਵੀ ਲਫ਼ਜ਼ ਗੱਲ ਤੈਨੂੰ ਤੰਗ ਸੁਣਦੀ ਸੀ ਤੰਗ ਤਾਂ ਦਿਸਦਾ ਕਿਉਂਕਿ ਅੱਜ ਦਾ ਸ਼ਬਦ ਦਾ ਰੱਬ ਕਾਇਆ ਦਾ ਮਤਲਬ ਰਾਤ ਸੀ ਮਨ ਦਾ ਅੱਜ ਹੈ ਕਾਇਆ ਦਾ ਮਨ ਨਹੀਂ ਦਿਸਦਾ ਕਾਇਆ ਦਿਸਦੀ ਮਨ ਨਹੀਂ ਦਿਸਦਾ ਤਨ ਤੇ ਦਿਸਦਾ ਪਰ ਕਹਿਣ ਲੱਗੀ ਤਨ ਮੈਂ ਮਨੁਆ ਉਹ ਜਿਹੜਾ ਅਦ੍ਰਿਸ਼ਟ ਹੈ ਨਾ ਉਹ ਦ੍ਰਿਸ਼ਟ ਦੇ ਵਿੱਚ ਰਹਿੰਦਾ ਸਿਰਫ ਸੋਚਣਾ ਕੀ ਹੈ ਕਿ ਜਿਹੜਾ ਦ੍ਰਿਸ਼ਟ ਹੈ ਉਹ ਹਮੇਸ਼ਾ ਨਹੀਂ ਰਹਿਣਾ ਇਸ ਲਈ ਪੂਰਾ ਦ੍ਰਿਸ਼ਟ ਦੀ ਦੇ ਰਸਤਾ ਹੈ ਦ੍ਰਿਸ਼ਟ। ਮੈਂ ਕਈ ਵਾਰ ਕਰਦਾ ਘਰ ਦਾ ਦਰਵਾਜ਼ਾ ਹੈ ਉਹ ਕਾਹਦਾ ਘਰ ਹੈ ਜਿਹਦਾ ਦਰਵਾਜ਼ਾ ਹੀ ਕੋਈ ਨਹੀਂ ਕਾਹਦਾ ਘਰ ਹੈ। ਔਰ ਕਿਹੜੀ ਅਜੀਬ ਗੱਲ ਹੈ ਗੁਰੂ ਨੇ ਇਸ ਕਾਇਆ ਨੂੰ ਇੱਕ ਲਫ਼ਜ਼ ਬਣਾ ਦਿੱਤੇ ਵੀ ਇਹ ਨੌਂ ਦਰਵਾਜ਼ਿਆਂ ਦਾ ਘਰ ਦਸਾਂ ਦਰਵਾਜ਼ਿਆਂ ਦਾ ਘਰ ਇਹਦੇ ਤੋਂ ਨੌਂ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਉਹਦੇ ਵੀ ਤੋਂ ਕਾਇ ਸੀ ਇਸ ਕਾਇਆ ਅੰਦਰ ਨੌਂ ਖੰਡ ਪ੍ਰਿਥਵੀ ਨੌਂ ਖੰਡ ਦਾ ਕੀ ਮਤਲਬ ਨੌਂ ਟੁਕੜੇ ਖੰਡ ਦਾ ਅਰਥ ਟੁਕੜੇ ਇੱਕ ਉਹ ਘਰ ਜਿਹਦੇ ਦਰਵਾਜ਼ੇ ਨੌਂ ਨੇ ਕਾਇਆ ਇੱਕ ਦਰਵਾਜ਼ਾ ਹੈ ਜ਼ਰੂਰੀ ਹੈ ਉਹ ਕਾਹਦਾ ਘਰ ਹੈ ਜਿਹਦਾ ਦਰਵਾਜ਼ਾ ਕੋਈ ਨਹੀਂ ਪਰ ਮੈਂ ਕਈ ਵਾਰ ਕਰਦਾ ਦਰਵਾਜ਼ਾ ਜਿਹੜਾ ਕੇਵਲ ਲੰਘਣ ਲਈ ਹੁੰਦਾ ਹੈ ਖਲੋਣ ਲਈ ਨਹੀਂ ਹੁੰਦਾ। ਦਰਵਾਜ਼ੇ ਵਿੱਚ ਕੋਈ ਖੜਾ ਹੋਵੇ ਨਾ ਤੇ ਖੜਾ ਰਹੇ ਤੇ ਦੂਜਾ ਉਹਨੂੰ ਕਹਿੰਦਾ ਭਰਿਆ ਜਾਂ ਅੰਦਰ ਜਾਂ ਬਾਹਰ ਆ ਦਰਵਾਜ਼ੇ ਵਿੱਚ ਖੜਾ ਨਹੀਂ ਹੋਈਦਾ ਘਰ ਹੈ ਤੇ ਦਰਵਾਜ਼ਾ ਹੈ ਇਹਦੇ ਅੰਦਰ ਵੀ ਕੋਈ ਹੈ ਪਹੁੰਚਣਾ ਉੱਥੇ ਦਰਵਾਜ਼ਾ ਦਿਸਦਾ ਦਰਵਾਜ਼ੇ ਦੇ ਅੰਦਰ ਕੀ ਹੈ ਉਹ ਨਹੀਂ ਦਿਸਦਾ ਆਪਣਾ ਦਰਵਾਜ਼ਾ ਬੰਦ ਹੋ ਗਿਆ ਹਜ਼ਾਰਾਂ ਆਦਮੀ ਦਰਵਾਜ਼ੇ ਤੋਂ ਲੰਘਦੇ ਉਹਨੂੰ ਉਹਨੂੰ ਕੀ ਪਤਾ ਅੰਦਰ ਕੀ ਹੈ ਅੰਦਰ ਝਾਤ ਪਾਣੀ ਉਹ ਹੈ ਜਿਹੜਾ ਅੰਦਰਲਾ ਹਿੱਸਾ ਹੈ ਨਾ ਉਹ ਦ੍ਰਿਸ਼ਟਮਾਨ ਨਹੀਂ ਉਹ ਦਿਸਦਾ ਨਹੀਂ ਦ੍ਰਿਸ਼ਟਮਾਨ ਵੀ ਦਿਸਦਾ ਅਦ੍ਰਿਸ਼ਟ ਜਿਹੜਾ ਉਹ ਦਿਸਦਾ ਉਹ ਮਰਦਾ ਨਹੀਂ। ਇਸੇ ਲਈ ਗੁਰੂ ਨੇ ਕਹਿ ਦਿੱਤਾ ਵੀ ਕਾਇਆ ਮਹਾਨ ਹੈ ਪਰ ਇੱਕ ਖਿਆਲ ਕਰੀ ਸਾਧ ਹੋ ਇਹ ਤਨ ਮਿੱਥੇ ਆ ਜਾਨੋ ਇਹ ਤਨ ਤਾਂ ਮਿੱਥੇ ਇੱਥੇ ਨਾ ਖੜਾ ਹੋਵੇ ਇੱਥੇ ਹੀ ਆਪਣਾ ਧਰਮ ਦਾ ਘਰ ਬਣਾ ਕੇ ਨਾ ਬਹਿ ਜਾਈਏ ਅੰਦਰ ਝਾਤ ਮਾਰ ਸਾ
ਭੀਤਰ ਉਹਦੇ ਅੰਦਰ ਯਾ ਭੀਤਰ ਜੋ ਰਾਮ ਬਸਤ ਹੈ ਉਹ ਰਿਸ਼ਤੇ ਤਨ ਮੈਂ ਮਨੁਆ ਮਨ ਮੈਂ ਸੱਚਾ ਹੁਣ ਅਦਿਸ਼ਟ ਦਾ ਦ੍ਰਿਸ਼ਟ ਨਾਲ ਦੋਵਾਂ ਚੀਜ਼ਾਂ ਦਾ ਆਪਸੀ ਰਿਸ਼ਤਾ ਕਾਇਮ ਕਰ ਦਿੱਤਾ ਤਾਂ ਕਿ ਤੂੰ ਨਾਸਤਕ ਨਾ ਹੋਵੇ ਸਿਰਫ ਅੰਦਰ ਚਾਤ ਪਾਣੀ ਸ਼ੁਰੂ ਕਰੇ ਤੈਨੂੰ ਪਤਾ ਹੋਵੇ ਵੀ ਤਨ ਸਭ ਕੁਝ ਨਹੀਂ ਹੈ ਤੰਦਰ ਇਹਦੇ ਅੰਦਰ ਵੀ ਕੁਝ ਹੈ ਜਿਹੜਾ ਅਦ੍ਰਿਸ਼ਟ ਹੈ ਪਰ ਜਿਹੜਾ ਦਰਵਾਜ਼ੇ ਤੇ ਨਹੀਂ ਪੁੱਜਿਆ ਉਹ ਅੰਦਰ ਝਾਤਕੀ ਪਾਏਗਾ ਜੇ ਬਾਹਰੋਂ ਢੁੰਡਦਾ ਫਿਰੇ ਕਹਿਣ ਲੱਗੇ ਇਸ ਲਈ ਇਸ ਕਾਇਆ ਦੇ ਅੰਦਰ ਤਨ ਦੇ ਅੰਦਰ ਜਿਹੜਾ ਮਨ ਹੈ ਉਹਦੀ ਖੋਜ ਕਰ ਮਨ ਨੂੰ ਬਾਹਰੇ ਲਾ ਮਨ ਵਿੱਚ ਰੋਸ਼ਨੀ ਚਾਨਣ ਕਰ ਤਾਂ ਕਿ ਉਹ ਅਦ੍ਰਿਸ਼ਟ ਜਿਹੜਾ ਹੈ ਉਸ ਅਦ੍ਰਿਸ਼ਟ ਮਨ ਦੇ ਅੰਦਰ ਦਿਸ ਪਵੇ ਅੰਦਰ ਝਾਤ ਪਾ ਪਰ ਜੇ ਤੂੰ ਅੰਦਰ ਝਾਤ ਨਹੀਂ ਪਾਵੇਂਗਾ ਤਨ ਦਾ ਦਰਵਾਜ਼ਾ ਤੂੰ ਬਾਹਰ ਖਲੋਤਾ ਰਹੇਗਾ ਕੁਛ ਨਹੀਂ ਮਿਲਣਾ ਅੰਦਰ ਦਾ ਤੈਨੂੰ ਪਤਾ ਹੀ ਨਹੀਂ ਲੱਗਣਾ ਅੰਦਰ ਕੀ ਕੋਈ ਆਦਮੀ ਸਾਡੇ ਦਰਵਾਜ਼ੇ ਤੇ ਖਲੋਤਾ ਉਹਨੂੰ ਕੀ ਪਤਾ ਸਾਡੇ ਅੰਦਰ ਕੀ ਲਓ ਜ਼ਰਾ ਹੁਣ ਫਿਰ ਰੁਕੇ ਇਸ ਸ਼ਬਦ ਵੱਲ ਕਿੱਡੀ ਗਹਿਰਾਈ ਹੈ ਇਸ ਸ਼ਬਦ ਦੀਆਂ ਚਾਰ ਲਾਈਨਾਂ ਕਹਿਣ ਲੱਗੇ ਕਿਲਾ ਹੈ ਅੰਦਰ ਹੱਟ ਨਾਲੇ ਅੰਦਰ ਅੰਦਰ ਹੱਟੀਆਂ ਨੇ ਅੰਦਰ ਹੱਟੀ ਹੈ ਤੇ ਅਗਲੇ ਪਾਸੇ ਕੀ ਲਵਤ ਕਹਿਣ ਗੁਰਮੁਖ ਸੌਦਾ ਜੋ ਕਰੇ ਜੇ ਕੋਈ ਹੱਟੀ ਤੱਕ ਪਹੁੰਚ ਜਾਏ ਹੱਟੀ ਤੱਕ ਪਹੁੰਚ ਜਾਏ ਤੇ ਕਿਉਂ ਜਾਏਗਾ ਪਤਾ ਸੋਚਿਓ ਜੇ ਕੋਈ ਮਨੁੱਖ ਕਿਸੇ ਹੱਟੀ ਤੇ ਜਾਂਦਾ ਭਾਵ ਦੁਕਾਨ ਤੇ ਜਾਂਦਾ ਸ਼ੌਪ ਤੇ ਜਾਂਦਾ ਕਿਉਂ ਜਾਂਦਾ ਉੱਥੋਂ ਕੁਝ ਖਰੀਦਣ ਲਈ ਉਹਦਾ ਸੰਬੰਧ ਹੱਟੀ ਨਾਲ ਨਹੀਂ ਉਹ ਕੋਈ ਹੱਟੀ ਖਰੀਦਣ ਨਹੀਂ ਜਾਂਦਾ ਉਹ ਜਾਂਦਾ ਉਹਦੇ ਵਿੱਚ ਪਈ ਹੋਈ ਵਸਤੂ ਖਰੀਦਣ ਵੱਧ ਖਰੀਦਣ ਹੁਣ ਇਸ ਲਾਈਨ ਨੂੰ ਪੜੋ ਗੁਰਮੁਖ ਸੌਦਾ ਜੋ ਕਰੇ ਗੁਰਮੁਖ ਸੌਦਾ ਜੋ ਕਰੇ ਹਰ ਵਸਤੂ ਸੰਭਾਲੇ ਮਨ ਦੇ ਵਿੱਚ ਨਾਮ ਦਾ ਗੁਣਾਂ ਦਾ ਜੋ ਪ੍ਰਭੂ ਰੂਪ ਗੁਣ ਨੇ ਉਹਨਾਂ ਦਾ ਸੌਦਾ ਪਿਆ ਖਿਆਲ ਕਰੋ ਕੋਈ ਸੌਦਾ ਖਰੀਦਣ ਜਾਂਦਾ ਦੁਕਾਨ ਤੇ ਜਿਹਨੂੰ ਸੌਦੇ ਦੀ ਲੋੜ ਨਾ ਹੋਵੇ ਉਹ ਦੁਕਾਨ ਤੇ ਨਹੀਂ ਜਾਂਦਾ
ਨਾ ਬਾਜ਼ਾਰ ਜਾਂਦਾ ਹੈ। ਮਾਰਕੀਟ ਜਾਂਦਾ ਹੀ ਉਹ ਹੈ ਜਿਹਨੇ ਕੁਝ ਖਰੀਦਿਆ ਹੁੰਦਾ ਹੈ। ਤੇ ਕਹਿਣ ਲੱਗੇ ਉਸ ਮਨ ਦੇ ਵਿੱਚ ਸੌਦਾ ਹੈ। ਗੁਰਬਾਣੀ ਅੰਦਰ ਇੱਕ ਚੀਜ਼ ਨੂੰ ਕਈ ਥਾਵਾਂ ਤੇ ਇਸ ਗੱਲ ਨੂੰ ਸਪਸ਼ਟ ਕੀਤਾ ਗਿਆ। ਜਿਹੜੀ ਵਸਤੂ ਹੈ ਉਹ ਕੋਈ ਦੁਕਾਨ ਦੇ ਅੰਦਰ ਢੇਰ ਨਹੀਂ ਲੱਗੇ ਹੁੰਦੇ, ਉਹ ਫਿਰ ਡੱਬਿਆਂ ਵਿੱਚ ਪਾ ਕੇ ਸੰਭਾਲ ਕੇ ਚਿਣ ਕੇ ਟਿਕਾਣੇ ਟਿਕਾਣੇ ਰੱਖੀ ਹੁੰਦੀ। ਜਿਹੜਾ ਖਰੀਦਦਾਰ ਹੈ ਉਹ ਹੱਟੀ ਤੇ ਗਿਆ, ਉਹ ਹੱਟੀ ਤੇ ਪਹੁੰਚਿਆ। ਹੱਟੀ ਤੇ ਫਿਰ ਦੁਕਾਨਦਾਰ ਨੂੰ ਕਹਿੰਦਾ ਮੈਨੂੰ ਸਲਾਨੀ ਵਸਤੂ ਦੇ। ਫਿਰ ਉਹ ਦੁਕਾਨਦਾਰ ਉਸੇ ਡੱਬੇ ਤੱਕ ਪਹੁੰਚਦਾ ਹੈ। ਮੈਂ ਤੇ ਕਈ ਵਾਰ ਹੈਰਾਨ ਹੁੰਦਾ, ਕਈ ਵੀਰ ਮੈਨੂੰ ਕਹਿੰਦੇ ਵੀ ਜਦੋਂ ਤੁਸੀਂ ਪ੍ਰਮਾਣ ਦਿੰਦੇ ਹੋ ਕਿੱਥੋਂ ਕਿੱਥੋਂ ਯਾਦ ਕਰਕੇ ਰੱਖਦੇ ਹੋ। ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਭਲਿਆ ਸੰਸਾਰੀ ਦੀ ਦੁਕਾਨ ਤੇ ਜਾਓ, ਉਹਨੂੰ ਇੱਕ ਸੌਦਾ ਆਖੋ, ਕਦੇ ਉਹਨੂੰ ਰਜਿਸਟਰ ਕਰਕੇ ਦੇਖਣਾ ਪੈਂਦਾ ਵੀ ਮੈਂ ਸੌਦਾ ਕਿੱਥੇ ਰੱਖਿਆ ਹੋਇਆ। ਰੋਜ਼ ਦਾ ਹੀ ਵਪਾਰੀ, ਪਤਾ ਨੀ ਕਿੰਨੇ ਕੁ ਗਾਹਕ ਉਹਦੇ ਜੀਵਨ ਵਿੱਚ ਆਏ ਨੇ, ਉਹ ਰੋਜ਼ ਉਹਨਾਂ ਡੱਬਿਆਂ ਨੂੰ ਫਰੋਲ ਕੇ ਆਪ ਪੜਚੋਲ ਕਰਦਾ ਰਹੇ, ਕੋਈ ਫਾਇਦਾ ਨਹੀਂ। ਲਗਾਤਾਰ ਉਸ ਵਣਜ ਵਿੱਚ ਪਿਆ ਪਿਆ ਉਹਨੂੰ ਚੇਤਾ ਯਾਦ ਹੋ ਜਾਂਦਾ ਮੇਰੀ ਫਲਾਣੀ ਵਸਤੂ ਫਲਾਣੇ ਡੱਬੇ ਵਿੱਚ ਪਈ। ਸਿਧਾਰਥੀ ਹੁੰਦਾ ਉੱਥੇ ਜਾਂਦਾ। ਜਦੋਂ ਅਸੀਂ ਬਾਣੀ ਨਾਲ ਜੁੜ ਜਾਈਏ ਫਿਰ ਸਾਨੂੰ ਬਾਣੀ ਦਾ ਸੁਭਾਅ ਲੱਭਣ ਦੀ ਲੋੜ ਨਹੀਂ ਪੈਂਦੀ। ਇਹ ਸਾਡੇ ਨਾ ਜੁੜਨ ਦੀ ਤਰਕੀਬ ਹੈ ਜਿਹੜੀ ਸਾਨੂੰ ਸੋਚਣਾ ਪੈਂਦਾ, ਪਤਾ ਨਹੀਂ ਆਹ ਬਾਣੀ ਕਿੱਥੋਂ ਆਉਂਦੀ। ਬਾਣੀ ਵੀ ਆਖਿਆ ਸੁਰਤ ਸੋਚ ਕਰ ਬਣ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਬਣ ਜਾ ਰਿਹਾ ਸਿਉਂ ਵਣਜ ਕਰ, ਤਨ ਹੱਟਣੀ ਇਹ ਮਨ ਵਣਜਾਰਾ ਨਾਨਕ ਹੱਟ ਪੱਟਣ ਗੜ ਕਾਇਆ। ਕਹਿਣ ਲੱਗੇ ਕਾਇਆ ਕੀ ਹੈ, ਇਹਦੇ ਵਿੱਚ ਹੱਟੀਆਂ ਨੇ, ਪੱਟਣ ਭਾਵ ਸ਼ਹਿਰ ਨੇ। ਨਾਨਕ ਹੱਟ ਪੱਟਣ ਗੜ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਓ। ਗੁਰਮੁਖ ਇਸ ਕਾਇਆ ਦੇ ਅੰਦਰੋਂ ਹੀ ਸੌਦਾ ਲੈਂਦੇ ਨੇ, ਉਹ ਸਮਝਦੇ ਨੇ ਤਨ ਮੈਂ ਮਨੋਂ ਮਨ ਮੈਂ ਸੱਚਾ, ਉੱਥੇ ਤੱਕ ਪਹੁੰਚਣਾ ਕਿਵੇਂ ਪਹੁੰਚਣਾ ਹੈ। ਪਰ ਇੱਕ ਗੱਲ ਕਰਿਓ, ਜੇ ਬਣਾ ਕੋਈ ਮਨੁੱਖ ਦੁਕਾਨਦਾਰ ਵੀ ਜਿਹੜਾ ਰੋਡ ਆਵੇ ਤੇ ਦੁਕਾਨ ਤੇ ਝਾੜੂ ਫੇਰੇ ਹੈ ਵੱਟਿਆਂ ਨੂੰ ਤੱਕੜੀਆਂ ਨੂੰ, ਜਿਹੜੇ ਪੁਰਾਣੇ ਸਮਝ ਕਰਦੇ ਸੀ, ਰੋਜ਼ ਧੂਪ ਦੇਵੇ, ਰੋਜ਼ ਧੋਵੇ, ਸਫਾਈ ਕਰੇ, ਚਮਕਾ ਦੇਵੇ, ਤੇ ਦੂਜੇ ਪਾਸੇ ਗਾਹਕ ਵੀ ਰੋਜ਼ ਆਵੇ
ਤੇ ਦੁਕਾਨ ਨੂੰ ਵੇਖ ਕੇ ਚੰਗੀ ਤਰ੍ਹਾਂ ਪਛਾਣ ਕੇ ਤੁਰ ਜਾਏ, ਭਲਾ ਦੋਵਾਂ ਨੂੰ ਕੋਈ ਲਾਭ ਹੈ ਉਸ ਦੁਕਾਨ ਦਾ? ਦੁਕਾਨਦਾਰ ਨੂੰ ਵੀ ਕੋਈ ਲਾਭ ਨਹੀਂ, ਉਹ ਤਾਂ ਰੋਜ਼ ਹੱਟੀ ਨੂੰ ਚਮਕਾਉਂਦਾ ਰਹਿ ਗਿਆ। ਨਾ ਹੀ ਉਹਨੂੰ ਇਹ ਯਾਦ ਰਹਿਣਾ ਵੀ ਕਿਹੜੀ ਥਾਂ ਤੇ ਕਿਹੜਾ ਸੌਦਾ ਪਿਆ, ਕਿਉਂਕਿ ਉਹਨੇ ਵੇਚਿਆ ਹੀ ਕੁਛ ਨਹੀਂ, ਉਹਨੇ ਵਣਜ ਹੀ ਕੁਝ ਨਹੀਂ ਕੀਤਾ। ਗੁਰੂ ਨੇ ਐਵੇਂ ਨਹੀਂ ਆਖਿਆ ਭਰਿਆ, ਜੇ ਤੇਰੇ ਕੋਲ ਗੁਣ ਨੇ ਤਾਂ ਇਹਨਾਂ ਦਾ ਸੌਦਾ ਕਰ, ਇਹਨੂੰ ਵੰਡ, ਸਾਂਝ ਕਰ, ਸਾਂਝ ਕਰੀ ਜਾ। ਗੁਣਾ ਕਿਹੜੀ ਤਾਂ ਕਿ ਉਹ ਗੁਣ ਕਿਤੇ ਵੀ ਪਾਇਆ ਹੁਣ ਤੈਨੂੰ ਇੱਕਦਮ ਯਾਦ ਆ ਜਾਣ, ਐਸ ਜੀਵਨ ਦੇ ਮੋੜ ਤੇ ਮੈਨੂੰ ਗੁਰੂ ਦੇ ਬਖਸ਼ੇ ਹੋਏ ਐਸ ਗੁਣ ਦੀ ਲੋੜ, ਕਿਉਂ ਉਹ ਗੁਣ ਜਿਹੜਾ ਤੇਰੇ ਜੀਵਨ ਦਾ ਸੁਭਾਅ ਬਣ ਜਾਏਗਾ, ਤੇਰੇ ਰੋਜ਼ਾਨਾ ਦੇ ਕਰਮ ਵਿੱਚ ਸ਼ਾਮਿਲ ਹੋ ਜਾਏਗਾ। ਪਰ ਤੂੰ ਤੇ ਰੋਜ਼ ਦੁਕਾਨ ਦੀਆਂ ਵੱਟਿਆਂ ਨੂੰ ਹੀ ਚਮਕਾ ਕੇ ਚਲਾ ਜਾਂਦਾ, ਸਵੇਰ ਤੋਂ ਲੱਗਣਾ ਕਿ ਮੈਂ ਕਿਸ ਤਰ੍ਹਾਂ ਮੂੰਹ ਧੋ ਕੇ ਦਾੜਾ ਪ੍ਰਕਾਸ਼ ਕਰਕੇ ਆਪਣਾ ਰੂਪ ਦਸਤਾਸ ਚੰਗੇ ਸਿੱਖ ਵਾਲਾ ਰੂਪ ਬਣਾਉਣਾ, ਚੰਗੇ ਸਿੱਖ ਵਾਲੀ ਸੀਰਤ ਨਹੀਂ ਚੰਗੇ ਸਿੱਖ ਵਾਲੀ ਸੂਰਤ ਬਣਾਉਣੀ ਹੈ। ਸੂਰਤ ਤੇ ਸੀਰਤ ਵਿੱਚ ਇਹ ਅੰਤਰ, ਅੱਜ ਜ਼ੋਰ ਕੀ ਹੈ? ਚੰਗੇ ਸਿੱਖ ਵਾਲੀ ਸੂਰਤ ਤੇ ਅਸੀਂ ਬਣਾ ਰਹੇ, ਉਹ ਵੀ ਆਪਣੀ ਮਰਜ਼ੀ ਜਾਂ ਗੁਰੂ ਦੀ ਮਰਜ਼ੀ ਨਾਲ ਨਹੀਂ। ਜਿਵੇਂ ਕਿਸੇ ਨੇ ਡਰਾ ਧਮਕਾ ਕੇ ਸਾਨੂੰ ਆਖਿਆ ਵੀ ਇਸ ਤਰ੍ਹਾਂ ਦਾ ਰੂਪ ਬਣਾ ਲਓ, ਇਹੋ ਜਿਹੀ ਪੱਗ ਬੰਨੋ, ਇਹੋ ਜਿਹਾ ਰੂਪ ਬਣਾ ਲਓ, ਨਹੀਂ ਤੇ ਤੁਸੀਂ ਸਿੱਖ ਨਹੀਂ। ਬਸ ਅਸੀਂ ਉਹ ਕਰੀ ਜਾਂਦੇ ਸੂਰਤ ਬਣਾ ਰਹੇ ਤਾਂ ਕਿ ਉਹਨੂੰ ਖੁਸ਼ ਕਰ ਸਕੀ। ਗੁਰੂ ਨੂੰ ਖੁਸ਼ ਕਰਨ ਦਾ ਮਸਲਾ ਨਹੀਂ, ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਨਾ, ਇਹਦੇ ਕੋਲੋਂ ਪੁੱਛੋ ਇਹਨੇ ਕਿਤੇ ਲਿਖਿਆ ਹੋਵੇ ਤੂੰ ਫਲਾਣੇ ਰੰਗ ਦੇ ਕੱਪੜੇ ਪਾਵੇਂਗਾ ਤਾਂ ਹੀ ਤੂੰ ਮੇਰਾ ਸਿੱਖ ਹੈ। ਦੱਸੋ ਇਹਨੇ ਲਿਖਿਆ ਹੋਵੇ ਕਿ ਤੂੰ ਇਸ ਕਿਸਮ ਦਾ ਪ੍ਰਸ਼ਾਦ ਲਿਆ ਹੋਵੇਗਾ ਤਾਂ ਹੀ ਤੂੰ ਮੇਰਾ ਸਿੱਖ ਹੈ। ਗੁਰੂ ਨੇ ਤਾਂ ਸਿੱਖ ਨੂੰ ਗੁਲਾਮ ਬਿਰਤੀ ਨਹੀਂ ਬਣਾਇਆ, ਅਸੀਂ ਤਾਂ ਸਿੱਖੀ ਨੂੰ ਧਰਮ ਨੂੰ ਗੁਲਾਮ ਕਰ ਲਿਆ। ਸਾਡੀ ਮਰਜ਼ੀ ਬਿਨਾਂ ਕੋਈ ਬਾਣੀ ਵੀ ਨਹੀਂ ਪੜ ਸਕਦਾ, ਗੁਰੂ ਨੇ ਨਹੀਂ ਆਖਿਆ। ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਉੱਥੇ ਵਾਰ ਵਾਰ ਇਸ ਗੱਲ ਦੀ ਤਵੀਦ ਹੈ। ਬਾਣੀ ਬਿਰਲੋ ਵਿਚਾਰ ਸੀ, ਆਹੋ ਸਿੱਖ ਸਤਿਗੁਰ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇ ਵੀ ਬਾਣੀਆਂ ਸਿਰਬਾਣੀ, ਉੱਥੇ ਕਿਤੇ ਇਹ ਨਹੀਂ ਲਿਖਿਆ ਹੋਇਆ ਪੰਜ ਪੜ੍ਹੋ ਕੇ ਸੱਤ ਪੜ੍ਹੋ ਕੇ ਦਸ ਪੜ੍ਹੋ। ਦੱਸੋ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਝਗੜਾ ਹੈ? ਦੱਸੋ ਪਰ ਸਾਨੂੰ ਸੋਚਣਾ ਪਏਗਾ, ਆਖਰ ਸਿੱਖੀ ਗੁਲਾਮ ਕਿਉਂ ਕੀਤੀ ਜਾ ਰਹੀ ਹੈ ਕਿ ਤੂੰ ਆਪਣੀ ਮਰਜ਼ੀ ਨਾਲ ਗੁਰੂ ਦੀ ਬਾਣੀ ਵੀ ਨਹੀਂ ਪੜ੍ਹ ਸਕਦਾ? ਖਿਆਲ ਕਰੀ, ਇਸ ਕਿਸਮ ਦੀ ਗੁਲਾਮੀ ਤੂੰ ਕੇਵਲ ਤਨ ਦੀ ਪੈਦਾ ਕਰ ਸਕਣਾ, ਮਨ ਦੀ ਨਹੀਂ। ਲਓ ਇੱਥੇ ਰੁਕਣਾ ਹੈ, ਜਿਹੜਾ ਆ ਬਾਣੀ ਨਾ ਪੜੇ ਉਹਦਾ ਸਿਰ ਵੱਢ ਦੇ। ਆ ਰਹੇ ਨੇ ਇਹਨਾਂ ਦੇ ਅੰਦਰ, ਪਰ ਕੀ ਉਹਦਾ ਸਿਰ ਵੱਢੇਗਾ ਤਨ ਦਾ ਕਿ ਮਨ ਦਾ ਵੀ? ਸਿਰ ਤੈਨੂੰ ਪਤਾ ਹੈ ਵੱਢਿਆ ਜਾਣਾ ਕਿ ਨਹੀਂ ਵੱਢਿਆ ਜਾਣਾ, ਸਭ ਕੁਛ ਤਨ ਤੇ ਖੜਾ।
ਮੇਰੇ ਮਾਲਕ ਨਾਲ ਜੁੜੀ ਹੋਈ ਆਜ਼ਾਦ ਹੈ, ਉਹਨੂੰ ਕੋਈ ਗੁਲਾਮ ਨਹੀਂ ਕਰ ਸਕਦਾ। ਪਰ ਅਸੀਂ ਜੀਵਨ ਦਾ ਹਰ ਪਹਿਲੂ ਕਿਉਂਕਿ ਤਨ ਤੇ ਖੜਾ ਕਰ ਲਿਆ, ਤਨ ਨੂੰ ਸਜਾ ਰਹੇ ਹਾਂ, ਤਨ ਹੀ ਸਾਡੀ ਸਿੱਖੀ ਹੈ, ਤਨ ਹੀ ਸਾਡਾ ਧਰਮ ਹੈ, ਮਨ ਤੱਕ ਸਾਡੀ ਪਹੁੰਚੀ ਕੋਈ ਨਹੀਂ। ਤੇ ਰੱਬ ਦਾ ਨਿਵਾਸ ਮਨ ਵਿੱਚ ਸੀ, ਤਨ ਮੈਂ ਮਨੂਆ, ਮਨ ਮੈਂ ਸਾਚਾ, ਅਸੀਂ ਦਰਵਾਜ਼ੇ ਤੇ ਰੋਜ਼ ਖਲੋਤੇ ਹਾਂ, ਰੋਜ਼ ਹੀ ਆਪਣੀ ਦੁਕਾਨ ਦੇ ਵੱਟੇ ਚਮਕਾ ਕੇ ਰੱਖ ਲੈਂਦੇ ਹਾਂ ਵੀ ਪਤਾ ਲੱਗੇ ਵੀ ਆਹ ਦੁਕਾਨ ਦੇ ਵੱਟੇ ਬੜੇ ਚਮਕਦਾ, ਸ਼ਕਲਾਂ ਸੂਰਤਾਂ ਸਾਡੀਆਂ ਖੂਬਸੂਰਤ ਚਮਕਾ ਕੇ ਰੱਖ ਲੈਂਦੇ ਹਾਂ। ਤੇ ਰੋਜ਼ ਚਮਕਾ ਕੇ ਰੱਖਣ ਵਾਲਾ ਦੁਕਾਨਦਾਰ ਵੀ ਕੁਝ ਨਹੀਂ ਖੱਟਦਾ, ਤੇ ਰੋਜ਼ ਦਰਵਾਜ਼ੇ ਤੇ ਦੁਕਾਨ ਦੇ ਹੋ ਕੇ ਵਾਪਸ ਆਉਣ ਵਾਲਾ ਕਸਟਮਰ ਵੀ ਕੁਛ ਨਹੀਂ ਪ੍ਰਾਪਤ ਕਰਦਾ। ਆ ਸਾਡੇ ਹਾਲ ਤੇ ਗੁਰੂ ਨੇ ਫੈਸਲਾ ਦਿੱਤਾ ਹੈ, ਕਹਿੰਦੇ ਨੇ ਕਾਇਆ ਕੋਟ ਅਪਾਰ ਹੈ ਅੰਦਰ ਹੱਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਉਹ ਅੰਦਰੋਂ ਵਸਤੂ ਨੂੰ ਸੰਭਾਲਦਾ ਹੈ, ਕੇਵਲ ਹੱਡੀ ਨੂੰ ਨਹੀਂ, ਉਹ ਤਾਂ ਵਸਤ ਤੱਕ ਪਹੁੰਚਦਾ। ਉਹ ਕਹਿੰਦਾ ਅੰਦਰ ਕੀ ਪਿਆ, ਗੁਣਾਂ ਤੱਕ ਮੇਰੀ ਸਾਂਝ ਹੈ, ਤਨ ਦੇ ਸਰੀਰ ਦੀਆਂ ਬਣਤਰਾਂ ਤੱਕ ਸਾਂਝ ਨਹੀਂ, ਅੰਦਰਲੇ ਗੁਣਾਂ ਤੱਕ ਸਾਂਝ ਹੈ। ਹਰ ਵਸਤ ਸੰਭਾਲੇ, ਵਸਤੂ ਜਿਹੜੀ ਭਾਵੇਂ ਡੱਬੇ ਵਿੱਚ ਛੁਪਾ ਕੇ ਰੱਖੀ ਹੋਵੇ, ਉਹ ਉੱਥੋਂ ਵੀ ਆਖੇਗਾ ਦੁਕਾਨਦਾਰ ਨੂੰ ਲਿਆ ਕੇ ਮੈਨੂੰ ਦੇ। ਕਹਿਣ ਲੱਗੇ ਇਹ ਵੀ ਸਪਸ਼ਟ ਕਰਦੇ ਹਾਂ ਕਿ ਉਹਦੀ ਵਸਤੂ ਕੀ ਹੈ। ਕਹਿਣ ਲੱਗੇ ਨਾਮ ਨਿਧਾਨ ਹਰ ਵੰਜੀ ਹੈ ਹੀਰੇ ਪਰਵਾਲੇ। ਉਹ ਫਿਰ ਨਾਮ ਨਿਧਾਨ ਹੈ, ਗੁਣ ਜਿਹੜਾ ਹੈ ਉਹਨਾਂ ਦਾ ਵੰਜ ਕਰਦਾ, ਉਹੋ ਹੀ ਉਹਦੇ ਲਈ ਹੀਰੇ ਨੇ, ਉਹੋ ਹੀ ਉਹਦੇ ਲਈ ਮੋਤੀ ਨੇ। ਕਹਿਣ ਲੱਗੇ ਵਿਣਕ ਆਇਆ ਜੇ ਹੋਰ ਥੈ ਧਨ ਖੋਜਦੇ ਸੇ ਮੂੜ ਬਿਤਾਲੇ, ਜਿਹੜੇ ਆਪਣੇ ਅੰਦਰ ਝਾਤ ਪਾ ਕੇ ਅੰਦਰੋਂ ਮਨ ਵਿੱਚ ਬੈਠੇ ਹੋਏ ਪ੍ਰਭੂ ਦੇ ਗੁਣਾਂ ਰੂਪੀ ਵੰਜ ਵਸਤੂ ਨੂੰ ਨਹੀਂ ਸੰਭਾਲਦੇ, ਕੇਵਲ ਦੁਕਾਨ ਹੀ ਸਜਾਈ ਰੱਖਦੇ ਨੇ, ਕਹਿੰਦੇ ਨੇ ਉਹ ਮੂੜ ਬਿਤਾਲੇ। ਬਲਕਿ ਅਖੀਰ ਤੇ ਇੱਕ ਹੋਰ ਐਗਜ਼ਾਮਪਲ ਦੇ ਦਿੱਤੀ ਉਹਨੇ, ਕਹਿਣ ਲੱਗੇ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਦੀ ਨਿਸ਼ਾਨੀ ਕੀ ਹੈ, ਸੇ ਉਜੜ ਭਰਮ ਪਵਾਈਏ। ਉਹ ਭਾਵ ਜੰਗਲੀ ਬਣ ਜਾਂਦੇ ਨੇ ਜਿਹਨਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ, ਭਰਮਣ ਵਾਲੇ। ਤੇ ਹਾਲਤ ਕੀ ਹੁੰਦੀ, ਜਿਉਂ ਝਾੜ ਮਿਰਗ ਪਾਲੇ, ਜਿਵੇਂ ਕਸਤੂਰੀ ਤਾਂ ਮਿਰਗ ਦੇ ਅੰਦਰ ਹੁੰਦੀ ਹੈ ਪਰ ਉਹ ਝਾੜੀਆਂ ਵਿੱਚ ਪਾਲਦਾ ਫਿਰਦਾ, ਵੀ ਇਹ ਖੁਸ਼ਬੂ ਕਿੱਥੋਂ ਆਉਂਦੀ। ਕਹਿਣ ਲੱਗੇ ਸਾਡੀ ਹਾਲਤ ਹੈ, ਅੰਦਰ ਬੈਠੇ ਮਨ ਦੇ ਉਸ ਖਜ਼ਾਨੇ ਵਿੱਚ ਪ੍ਰਭੂ ਦੇ ਗੁਣਾਂ ਨਾਲ ਅਸੀਂ ਸਾਂਝ ਨਹੀਂ ਪੈਦਾ ਕਰ ਰਹੇ, ਅਸੀਂ ਦੁਨੀਆਂ ਵਿੱਚੋਂ ਸੁੱਖ ਭਾਲਦੇ ਹਾਂ, ਦੁਨੀਆਂ ਵਿੱਚ ਚੈਨ ਭਾਲਦੇ ਹਾਂ, ਦੁਨੀਆਂ ਵਿੱਚ ਅਮਨ ਦੀਆਂ, ਗਿਆਨ ਦੀਆਂ, ਧਰਮ ਦੀਆਂ ਗੱਲਾਂ ਕਰਦੇ ਹਾਂ, ਪਰ ਸਾਡੇ ਅੰਦਰ ਨਾ ਧਰਮ, ਨਾ ਚਾਨਣ, ਨਾ ਰੋਸ਼ਨੀ ਕੁਛ ਨਹੀਂ ਆ ਰਿਹਾ, ਉਸ ਮਿਰਗ ਵਾਂਗੂ ਜਿਹੜਾ ਅੰਦਰ ਦੀ ਖੁਸ਼ਬੂ ਨੂੰ ਬਾਹਰੋਂ ਭਾਲਦਾ ਫਿਰਦਾ ਆਪਣੀ ਰਸਨਾ ਤੋਂ। ਗੁਰੂ ਕਹਿੰਦੇ ਜਿਉ ਝਾੜ ਮਿਰਗ
ਜਨਮ ਨੂੰ ਵੀ ਗਵਾ ਲਿਆ ਕਿਉਂਕਿ ਕੇਵਲ ਅਤੇ ਕੇਵਲ ਕਾਇਆ ਨੂੰ ਸੰਭਾਲਣ ਅਤੇ ਚਮਕਾਉਣ ਵਿੱਚ ਹੀ ਲੱਗਾ ਰਿਹਾ, ਇੱਥੋਂ ਦੇ ਸਰੂਪ ਵਿੱਚ ਹੀ ਉਲਝਿਆ ਰਿਹਾ। ਅੰਦਰ ਜਿਹੜਾ ਮਨ ਸੀ ਤਨ ਦੇ ਅੰਦਰ ਅਤੇ ਜਿਹੜੇ ਮਨ ਵਿੱਚ ਪ੍ਰਭੂ ਬੈਠਾ ਸੀ ਉੱਥੋਂ ਤੱਕ ਤੂੰ ਪਹੁੰਚ ਹੀ ਨਾ ਪੈਦਾ ਕੀਤੀ। ਉਹ ਅਗਮ ਦਰਗਮ ਵਿੱਚ ਬੈਠਾ ਅਗਮ ਅਗੋਚਰ ਹੀ ਬਣਿਆ ਰਿਹਾ। ਇਹਨਾਂ ਸ਼ਬਦਾਂ ਨਾਲ ਬੰਦਾ ਜਾ ਚਿੱਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।